ਮਾਮੂ ਸਮਾਤੇ ਵੇ ਪਰੇ ਮਾਰਵੇਂ ਨੇ ਉਲੇ ਫੜਨ ਵਾਲੀ ਮਸ਼ੀਨ ਉਲੇ ਫੜਨ ਵਾਲੀ ਕਿਹੜੀ ਮਸ਼ੀਨ ਮੈਂ ਹੁਣ ਜੀ ਸਾਂ ਦੀ ਸਮਾਤੇ ਤੂੰ ਮੈਨੂੰ ਮਾਮੂ ਕਹਿਣ ਦੇ ਮਰੇ ਤੂੰ ਕੀ ਹੋ ਗਿਆ ਮੈਂ ਭੈਣ ਖੂਚ ਵੀ ਆਈ ਓਏ ਮਾਮੂ ਅੰਦਰ ਹੀ ਆ ਗਿਆ ਸਮੋਖਰੇ ਤੇ ਫੜੇ ਦਮ ਲਗੂਟਾ ਨਸਵਾਰ ਰੋੜਾ ਦਾ ਪਿਸ਼ਤਾ ਦਾ ਚਿਲਮ ਦਾ ਚਰਸਤਾ ਦਾ ਚਰਸਤਾ ਦਾ ਦਾ ਦਪਮਾ ਦੀ ਕੜੀ ਦਿਲਮ ਦੇ ਲਖ ਤੋਂ ਬਾਹਰ ਨਾ ਸਮਝ ਆ ਨਾ ਮਾ ਰੋੜਾ ਲਸੂ ਨਾ ਦਾ ਖੁਰ ਗਲੀ ਕੁੱਤੀ ਦਾ ਲਗੂਟਾ 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 ਤਾ ਹਉ ਕਾਨਾ ਕਾਨਾ ਕਾਛਾ ਕਾਨਾ ਕਾਛਾ ਖੋਰੇ ਵੂਈ ਵੂਈ ਮੀਰਾ ਦੀ ਠੰਡੀ ਖੂਈ ਖੂਈ ਹਉ ਕਾਨਾ ਦਾ ਕਾਨਾ ਕਾਛਾ ਦਾ ਹਬਸ਼ੀ ਦਾ ਕਾਛਾ ਅੱਛਾ ਜਾ ਜਾ ਅੱਛਾ ਜਾ ਧਕਨ ਕਾ ਹਾਂ ਦਾ ਕਰਦਾ ਦਾ ਕਰਦਾ ਦਾ ਕਰਦਾ ਮੁਹੰਮਦ ਬੂਟਾ ਰੂਪ ਸ੍ਰੀ ਦੇਵੀ ਇਹਨਾਂ ਦੀਆਂ ਔਰਤਾਂ ਨੀ ਆਉਂਦੀਆਂ ਕਿਸੋਨ ਭਾਈਆਂ ਵਾਲੇ ਹੁੰਦੇ ਠੀਕ ਜੋ ਵੀ ਸਾਡੇ ਉਹਨੇ ਵੇਖ ਆਣ ਵੀ ਕਿੰਨੀ ਨਸ਼ੋਰ ਖਾ ਲੈਣੇ 500 ਰੁਪਏ ਦੀ ਹੋਏ ਹੋਏ 1000 ਦਾ ਖੋਤਾ ਲੈ ਤਾਜ਼ੀ ਖਾਇਆ ਕਰ ਲੈ ਬਹੁਤ ਅੱਛੇ ਇਕੱਲੇ ਖੁਸਰਾ ਨਹੀਂ ਇਹਦਾ ਵੱਡਾ ਭਰਾ ਵੀ ਖੁਸਰਾ ਹੁੰਦਾ ਸੀ ਬਹੁਤ ਬਹੁਤ ਵੱਡਾ ਖੁਸਰਾ ਸੀ ਹਾਂਜੀ ਉਹ ਤਗੜਾ ਹੀ ਬੜਾ ਸੀ ਹਾਂ ਬੋਲਾ ਐਡਾ ਖੁਸਰਾ ਉਹ ਹਾਂ ਭੰਗ ਪੀਤੀ ਖੁਸਰ ਕਿਉਂ ਪੀਤੀ ਤੇਰੀ ਗੱਲ ਪਿਆ ਕਰਨ ਨਾ ਪਿਆ ਖੁਸਰੇ ਨੂੰ ਫਾਸਟ ਹੁੰਦੇ ਨਾ ਚੌਕਸ ਤੇ ਉਹ ਤਗੜਾ ਹੀ ਬੜਾ ਸੀ ਉਹ ਚੱਕਰ ਲੈਂਦਾ ਸੀ ਜਿਹੜਾ ਖੁਸਰਾ ਸੀ ਨਾ ਇਹਦਾ ਭਰਾ ਉਹ ਤਾਂ ਜਨਾਜ਼ਾ ਨਹੀਂ ਚੁੱਕਿਆ ਗਿਆ ਟਰਾਲੀ ਤੇ ਲੈ ਕੇ ਗਏ ਸਨ ਚੋਰੀ ਚੁੱਕਿਆ ਗਿਆ ਸੀ ਚੋਰੀ 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 ਹੋ ਗਈ ਸੀ ਜਨਾਜ਼ੇ ਚੋਰੀ ਹੋ ਗਈ ਇਹਦਾ ਭਰਾ ਮਰ ਗਿਆ ਅੱਛਾ ਜਿਹੜਾ ਖੁਸਰਾ ਸੀ ਅੱਛਾ ਫਰਿਸ਼ਤਿਆਂ ਨੇ ਕਿਹਾ ਉੱਠੋ ਹਿਸਾਬ ਤੇ ਅੱਛਾ ਕਹਿੰਦਾ ਹਾਇਆ ਮੈਨੂੰ ਦਿੱਤਾ ਕਿ ਜੇ ਜਿਹਦਾ ਹਿਸਾਬ ਮੰਗਣ ਡਿਆ ਜੇ ਚੱਲ ਮੈਂ ਦੁਕਾਨ ਤੇ ਫਿਲਮ ਲੈਣ ਗਿਆ ਜਾ ਕੇ ਕਹਿੰਦਾ ਜੀ ਉਹ ਘਰ ਕਾ ਪਾਓਗੇ ਕਹਿੰਦਾ ਤੂੰ ਚੱਲ ਅੱਧੇ ਘੰਟੇ ਬਾਅਦ ਆ ਰਿਹਾ ਮੈਂ ਗੱਲ ਕਰ ਮਲੇਸ਼ੀਆ ਦਾ ਸਪਾ ਗੱਲ ਕਰ ਅਖਰੋਟ ਖੇਡਣ ਡਿਆ ਤੇ ਇਹ ਕੋਲ ਐਵੇਂ ਅਖਰੋਟ ਮੁੰਡੇ ਖੇਡਣ ਲੈਣ ਤੇ ਇਹ ਕੋਲ ਇੱਕ ਬੰਦਾ ਸ਼ਰਮਤ ਐਂ ਕਰ ਰਿਹਾ ਕਹਿੰਦਾ ਬੜੀ ਪ੍ਰੈਕਟਿਸ ਆ ਬਈ ਲੋਟਾ ਨਹੀਂ ਚੁੱਕਿਆ ਮੈਂ ਸ਼ਿਕੰਜਵੀ ਰਾਜ ਸਟੇਸ਼ਨ ਤੇ ਉਹ ਕਹਿੰਦਾ ਪਾ ਇੱਕ ਗਲਾਸ ਭਰ ਕੇ ਉਹਨੇ ਭਰ ਦਿੱਤਾ ਕਹਿੰਦਾ ਮੈਂ ਨਹੀਂ ਪੀਣਾ ਕਹਿੰਦਾ ਕਿਉਂ ਕਹਿੰਦਾ ਮੈਂ ਇਸ ਲਈ ਵੇਖ ਕਰਨਾ ਸੀ ਕਿ ਵਾਪਸ ਵੀ ਜਾਂਦਾ ਕਿ ਨਹੀਂ ਉਹਨੇ ਵਾਪਸ ਕਰਤਾ ਮੈਂ ਛਾਲ ਮਾਰੀ ਨਾ ਆਂਡਿਆ ਸੀ ਪੀਲੇ ਰੰਗ ਦਾ ਖਰਬੂਜ਼ਾ ਇਹਨੇ ਸਮਝਿਆ ਕਿ ਖਰਬੂਜ਼ਾ ਆਂਡਿਆ ਕਹਿੰਦਾ ਫੜੀ ਗਿਆ ਕੋਲ ਗਿਆ ਓਏ ਹੋਏ ਹੋਏ ਡਬਲ ਸਵਾਰੀ ਖੁੱਲ ਗਈ ਹੈ ਨਾ ਇਹਨੇ ਹੋਟਲ ਖੋਲਿਆ ਇੱਕ ਹੋਟਲ ਤੇ ਬੈਠਾ ਇੱਕ ਗਾਹਕ ਆਇਆ ਉਹਨੇ ਕਿਹਾ ਜੀ ਟਾਇਲਟ ਕਹਿੰਦਾ ਅੱਜ ਨੀ ਪੱਕਾ ਕਾਰੀਗਰ ਨਹੀਂ ਆਇਆ ਗੋਇਆ ਮੱਝ ਨੇ ਕੀਤਾ ਗੋਇਆ ਦੂਰੋਂ ਵੇਖ ਕੇ ਕਹਿੰਦਾ ਸਾਗ
ਓਹ ਹੋ ਕਹਿੰਦਾ ਸ਼ੁਕਰ ਪੈਰ ਨੂੰ ਨਹੀਂ ਲੱਗਾ ਲੈਟਰਿੰਗ ਚੋਂ ਨਿਕਲਿਆ ਅੱਛਾ ਲੈਟਰਿੰਗ ਦਾ ਇੰਜ ਨਾਲ ਲੈਂਦਾ ਜਿਵੇਂ ਇਹਦਾ ਵੱਡਾ ਪੁੱਤਰ ਮਾਸ਼ਾ ਅੱਲਾ ਲੈਟਰਿੰਗ ਚੋਂ ਨਿਕਲਿਆ ਲੈਟਰਿੰਗ ਦਾ ਕੀ ਹਾਲ ਹੀ ਹੁਣ ਤੇ ਐਡਾ ਹੋ ਗਿਆ ਭਾਈ ਸਹੀ ਕਹਿ ਰਹੇ ਲੈਟਰਿੰਗ ਚੋਂ ਨਿਕਲਿਆ ਜਾ ਰਹੀ ਹੈ ਲੈਟਰਿੰਗ ਦੇ ਵਿੱਚੋਂ ਨਿਕਲੇ ਤੇ ਬਾਹਰ ਨਿਕਲੇ ਤੇ ਦੰਨਾਂ 'ਚ ਟੀਲਾ ਪਿਆ ਫੇਰੇ ਮੈਂ ਕਿਹਾ ਵੇ ਇਹ ਕੀ ਕਰਨਾ ਪਿਆ ਕਹਿੰਦਾ ਸਾਹਮਣੇ ਸ਼ਰੀਕਾ ਰਹਿੰਦਾ ਇਹ ਨਾ ਕਹੇ ਕਿ ਅੰਦਰੋਂ ਵੀ ਭੁੱਖਾ ਹੀ ਆਇਆ ਅੰਦਰ ਕਿਹੜਾ ਤੇਰੇ ਪਿਓ ਨੇ ਈਟ ਐਂਡ ਸਿਪ ਬਣਾਇਆ ਹੁੰਦਾ ਈਟ ਐਂਡ ਸਿਪ ਐਡਾ ਤੂੰ ਸਿਪ ਸਿਪ ਮੱਝਾਂ ਜਾ ਰਹੀਆਂ ਗੋਹਾ ਕਰਦੀਆਂ ਗੋਹਾ ਕਰਦੀਆਂ ਜਾ ਰਹੀਆਂ ਗੱਲਾਂ ਕਰਦੀਆਂ ਜਾ ਰਹੀਆਂ ਸੀ ਤੂੰ ਗੋਹਾ ਆਹ ਗੱਲਾਂ ਕਰਦੇ ਹੋਏ 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 ਗੋਹਾ ਕਰਦੀਆਂ ਜਾ ਰਹੀਆਂ ਪਿੱਛੇ ਗੋਹਾ ਡਿੱਗ ਰਿਹਾ ਤੁਹਾਨੂੰ ਕਹਿੰਦਾ ਖਾਲਾ ਹੀ ਤੁਹਾਡੀਆਂ ਚੀਜ਼ਾਂ ਡਿੱਗਣੀਆਂ ਪਿੱਛੇ ਤੇ ਇਹਨਾਂ ਦੀ ਮੱਝ ਮੈਂ ਵੇਖੀ ਹੈ ਇਹਨਾਂ ਦੀ ਮੱਝ ਦੇ ਕੋਲੋਂ ਮੈਂ ਲੰਘਿਆ ਮੇਰੇ ਵੱਲ ਵੇਖ ਕੇ ਸੁਰਮਾ ਪਾ ਕੇ ਸੁਰਖਾ ਲਾ ਕੇ ਮੈਨੂੰ ਕਹਿੰਦੀ ਮੈਂ ਕਿਹਾ ਨਾ ਦੂਸਰੀ ਮੱਝ ਨੂੰ ਗੋਹਾ ਕੀਤਾ ਤੇ ਕਹਿੰਦਾ ਕੋਲ ਜਾ ਕੇ ਕਹਿੰਦਾ ਖਾਲਾ ਦੀ ਫਜ਼ੂਲ ਖਰਚੀ ਹੈ ਵੈਸੇ ਗਰੀਬਾਂ ਦੇ ਬੱਚੇ ਓਏ ਹੋਏ ਟੀਵੀ ਹੁੰਦਾ ਨਾ ਅਮੀਰਾਂ ਘਰਾਂ 'ਚ ਵੀਡੀਓ ਤੇ ਵੇਖਦੇ ਗੇਮਾਂ ਖੇਡਦੇ ਨੇ ਟੀਵੀ ਇਹਨਾਂ ਕੋਲ ਟੀਵੀ ਹੁੰਦਾ ਨਹੀਂ ਰਾਤ ਨੂੰ ਚੰਨ ਨਾਲ ਹੀ ਖੇਡਦੇ ਰਹਿੰਦੇ ਰਾਤ ਨੂੰ ਨਿੱਕੇ ਨੂੰ ਕਹਿੰਦੇ ਓਏ ਮੈਂ ਚੰਨ ਉੱਥੇ ਲੈ ਕੇ ਜਾਵਾਂ ਵੇਖੀ ਹੁਣੇ ਛੋਟਾ ਭਰਾ ਕਹਿੰਦਾ ਅੱਬੇ ਨੂੰ ਪਤਾ ਲੱਗਿਆ ਮਾਰੇ ਗਏ ਚੰਨ ਉੱਥੇ ਛੱਡਿਆ ਅੱਛਾ ਹਰ ਵੇਲੇ ਆਵਾਰਾ ਫਿਰਦਾ ਰਹਿੰਦਾ ਬੱਚੇ ਨੂੰ ਖਰਚਾ ਤੇ ਦੇ ਕੇ ਆਉਣਾ ਸੀ ਆ ਜਾ ਧੀਏ ਬੂਟ ਪਾ ਕੇ ਉੱਤੇ ਫੇਰ ਜਰਾਬਾਂ ਪਾ ਲੈਂਦਾ ਬੂਟਾਂ ਦੇ ਉੱਤੇ ਮੈਂ ਕਿਹਾ ਕਿਉਂ ਕਹਿੰਦਾ ਗੰਦੇ ਨਹੀਂ ਹੋਣਗੇ ਡਾਂਗ ਵੱਜੇ ਨਾ ਕਹਿੰਦੇ ਸ਼ੁਕਰ ਅੱਖਾਂ ਨਹੀਂ ਸਨ ਨਹੀਂ ਤੇ ਤਾਰੇ ਨਜ਼ਰ ਆ ਜਾਣੇ ਸਨ ਸਾਰੇ ਕੁੱਤੇ ਭੌਂਕਣ ਡਏ ਸਨ ਇਹ ਨਹੀਂ ਸੀ ਭੌਂਕਣ ਡਿਆ ਮੈਂ ਹੁਣ ਤੇਰੇ ਗੱਲ ਸੁਣਿਆ ਕਰ ਸੜਕਾਂ ਨੂੰ ਗੱਜਰੀ ਪਾ ਸਕਣਾ ਲਚਕ ਤੇਰੇ ਅੰਦਰ ਟੋਕਰੀ ਫੜੀ ਹੈ ਬਾਂਦਰੀ ਮੌਜ ਚ ਆਈ ਹੋਰ ਕੋਈ ਗੱਲ ਨੀ ਮੈਂ ਬਾਹਰ ਖਲੋਤਾ ਤੇ ਤੂੰ ਅੰਦਰ ਵੀ ਖਲੋਤਾ ਹੀ ਨਹੀਂ ਜੇ ਬੰਦਾ ਵਾਕਮ ਨਹੀਂ ਤੈਨੂੰ ਕਰਦੇ ਹੀ ਵਾਕਮ ਫਿਰ ਮੈਂ ਆਪਣੀ ਭੈਣ ਦੇ ਘਰ ਆਇਆ ਫਿਰ ਠੀਕ ਹੈ ਮੇਰੀ ਬਾਜੀ ਨੇ ਆ ਜਿੰਨਾ ਵਾਰ ਮੈਂ ਆਇਆ ਸਮਾਧੀ ਮੇਰਾ ਨਾਂ ਗੁਲਚਾਨ ਕੌਣ ਹੈ ਅਸੀਂ ਕਿਉਂ ਨਹੀਂ ਮੇਰੀ ਸਾਰੀ ਕਿਤੇ ਮੈਨੂੰ ਕੀ ਪਤਾ ਤੁਹਾਡੀ ਸਾਰੀ ਦੇ ਵੀ ਕਿਤੇ ਮੈਂ ਕੋਈ ਰੱਖੀ ਹੈ ਕਮਰੇ ਦੀ ਸਫਾਈ ਕੌਣ ਕਰਦਾ ਕੌਣ ਹੈ ਸਵੇਰ ਦੀ ਤੇਰੇ ਕਮਰੇ 'ਚ ਨਹੀਂ ਗਈ ਤੇ ਮੇਰੀ ਤਿੰਨ ਦਿਨ ਹੋ ਗਏ ਸਾਰੀ ਨਹੀਂ ਲੱਭੜੀ ਨਾਲੇ ਵੀ ਨਹੀਂ ਲੱਭੜੀ ਸਲਾਮ ਅਲੈਕੁਮ ਬਾਜੀ ਵਾਲੇਕੁਮ ਅਸਲਾਮ ਮੈਂ ਤੈਨੂੰ ਮਨਾ ਕੀਤਾ ਸੀ ਸਾਡੇ ਘਰ ਨਾ ਆਇਆ ਮਨਾ ਕੀਤਾ ਸੀ ਕਿਉਂ ਕਿਉਂ ਨਾ ਮੈਂ ਆਵਾਂ ਕਿ ਇੱਥੇ ਕੰਧ ਕਰਾਈ ਗਈ ਆ ਪਾਣੀ ਆਇਆ ਮੈਨੂੰ ਦੱਸੋ ਮੈਂ ਤੇ ਸ਼ਹਿਰੀ ਨੂੰ ਮਿਲਣਾ ਸੀ ਬਸ ਮਿਲਣਾ ਤੂੰ ਮੇਰਾ ਭਰਾ ਹੈ ਨਾ ਆਹੋ ਮੈਂ ਤੇਰੇ ਕੋਲੋਂ ਨਾਰਾਜ਼ ਹਾਂ ਕਿਉਂ ਨਾਰਾਜ਼ ਹੈ ਬਸ ਮੈਂ ਨਾਰਾਜ਼ ਹਾਂ ਤੇ ਸ਼ਹਿਰੀ ਨੂੰ ਮਿਲਣਾ ਜਾ ਸ਼ਹਿਰੀ ਨੂੰ ਮਿਲਣਾ ਉਧਰ ਨਹੀਂ ਮਿਲਣਾ ਨਹੀਂ ਸ਼ਹਿਰੀ ਨੂੰ ਚੱਲ ਕਿੱਥੇ ਵੇ ਸ਼ਹਿਰੀ ਅੰਦਰ ਇੱਧਰ ਹੀ ਇਹ ਆਟਮ ਤੁਹਾਡਾ ਵੀ ਰਹਿ ਮੇਰਾ ਭਰਾ ਹੀ ਇਹੋ ਜਿਹਾ ਹੀ ਹੋਣਾ ਚਾਹੀਦਾ ਮੇਰਾ ਭਰਾ ਬੜਾ ਤਾਰੀ ਕਾ ਲੋ ਸੁਣਾ ਹੁਣ ਮੈਂ ਲੱਭ ਲੈਣਾ ਮੈਂ ਲੱਭ ਲੈਣਾ ਡਾਵਾਂ ਡੋਲ ਤੂੰ
ਜ਼ੁਕਾਮ ਖਾ ਮੈਂ ਸਾਈਕਲ ਦੇ ਇੰਜਨ ਨਹੀਂ ਹੁੰਦਾ ਸਾਈਕਲ ਤੋਂ ਬਗਾਰ ਹੀ ਇੰਜਨ ਹੋਇਆ ਆਏ ਜੋ ਬੇ ਤੂੰ ਸਾਈਕਲ ਕੁਛ ਨਹੀਂ ਕਹਿਣਾ ਮਾਸੂਮ ਚਿੜੀ ਹੈ ਵਿਚਾਰੀ ਹਾਂ ਇਹ ਕੀ ਹੋਇਆ ਕੀ ਹੋਇਆ ਪੈਂਟ ਝਾੜ ਪਰੇ ਹੋਵੇ ਪੈਂਟ ਝਾੜ ਮਜ਼ਾਕ ਕਰਨ ਡਿਆ ਡਰ ਗਿਆ ਸਮਝ ਤੂੰ ਬੱਤੀਆਂ ਦਾ ਚੁੱਲਾ ਪਤਾ ਨਹੀਂ ਕਿੱਥੇ ਰੱਖ ਲਿਆ